ਨਿੰਮ ਦੇ ਪੱਤੇ ਤੁਹਾਨੂੰ ਕੌੜੇ ਲੱਗਦੇ ਹਨ ਪਰ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਨੂੰ ਆਯੁਰਵੇਦ ਵਿੱਚ ਡਾਕਟਰੀ ਦਾ ਖਜ਼ਾਨਾ ਕਿਹਾ ਜਾਂਦਾ ਹੈ। ਨਿੰਮ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਸਾਡੀ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਕੁਸ਼ਠ ਰੋਗ, ਵਾਤ ਰੋਗ, ਵਿਸ਼ ਦੋਸ਼, ਖੰਘ, ਬੁਖਾਰ, ਰੁਧਿਰ ਦੋਸ਼, ਟੀਬੀ, ਖਾਰਿਸ਼ ਆਦਿ ਦੂਰ ਕਰਨ ਵਿੱਚ ਸਹਾਇਕ ਹੈ। ਕੁਦਰਤੀ ਇਲਾਜ ਵਿੱਚ ਇਸ ਦੀ ਵਰਤੋਂ ਪ੍ਰਮੇਹ, ਸ਼ੂਗਰ, ਅੱਖਾਂ ਦੇ ਰੋਗਾਂ ਵਿੱਚ ਵੀ ਕੀਤੀ ਜਾਂਦੀ ਹੈ। ਵਾਲਾਂ 'ਚ ਸਿੱਕਰੀ ਨੂੰ ਵੀ ਨਿੰਮ ਦੇ ਪੱਤਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ। ਨਿੰਮ ਨਾਲ ਹੋਰ ਕਿਹੜੇ ਫਾਇਦੇ ਹੁੰਦੇ ਹਨ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਨਿੰਮ ਦੀਆਂ ਪੱਤਿਆਂ ਨਾਲ ਹੋਣ ਵਾਲੇ ਫਾਇਦੇ। ਸਿੱਕਰੀ ਦੀ ਸਮੱਸਿਆ, ਜੇਕਰ ਤੁਸੀਂ ਸਿੱਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਨਿੰਮ ਦੀ ਵਰਤੋਂ ਕਰੋ। ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਵਰਤੋਂ ਕਰਨ ਨਾਲ ਸਿੱਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। ਮਸੂੜਿਆਂ ਲਈ ਫਾਇਦੇਮੰਦ। ਮਸੂੜਿਆਂ ਦੀਆਂ ਬਿਮਾਰੀਆਂ 'ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ 'ਤੇ ਰਗੜਨ ਨਾਲ ਫਾਇਦਾ ਹੁੰਦਾ ਹੈ। ਡਾਇਬਟੀਜ਼। ਨਿੰਮ ਡਾਇਬਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੀ ਹੈ। ਇਹ ਸ਼ੂਗਰ ਨੂੰ ਕੰਟਰੋਲ 'ਚ ਕਰਦੀ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ। ਪੇਟ ਦੇ ਕੀੜਿਆਂ ਨੂੰ ਕਰੇ ਖਤਮ। ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਨ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ। ਚਿਹਰੇ ਤੋਂ ਹਟਾਉਂਦੀ ਹੈ ਦਾਣੇ। ਨਿੰਮ ਨੂੰ ਪਾਣੀ 'ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਰੋਗ ਮੁਕਤ ਹੁੰਦੀ ਹੈ। ਇਸ ਤੋਂ ਇਲਾਵਾ ਚਿਹਰੇ 'ਤੇ ਨਿਕਲੇ ਦਾਣਿਆਂ ਦਾ ਵੀ ਸਫਾਇਆ ਹੁੰਦਾ ਹੈ। ਜੀਵਾਣੂ ਰੋਧੀ ਗੁਣਾਂ ਨਾਲ ਭਰਪੂਰ। ਨਿੰਮ ਦੇ ਪੱਤਿਆਂ 'ਚ ਫੰਗਸ ਰੋਧੀ ਅਤੇ ਜੀਵਾਣੂ ਰੋਧੀ ਗੁਣ ਮੌਜੂਦ ਹੁੰਦੇ ਹਨ। ਇਹ ਸਿੱਕਰੀ ਦੇ ਉਪਚਾਰ ਅਤੇ ਸਿਰ ਦੀ ਚਮੜੀ ਨੂੰ ਠੀਕ ਰੱਖਣ 'ਚ ਕਾਫ਼ੀ ਮਦਦ ਕਰਦੇ ਹਨ। ਪੇਟ ਸਾਫ਼ ਹੋ ਜਾਂਦਾ ਹੈ। ਤੁਸੀਂ ਸਵੇਰੇ ਖਾਲੀ ਪੇਟ 10 ਕੁ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਪੀ ਸਕਦੇ ਹੋ, ਜਿਸ ਨਾਲ ਤੁਹਾਡਾ ਪੇਟ ਸਾਫ਼ ਹੋ ਜਾਵੇਗਾ ਅਤੇ ਕਈ ਤਰ੍ਹਾਂ ਦੇ ਹੋਰ ਲਾਭ ਵੀ ਪ੍ਰਾਪਤ ਹੋਣਗੇ। ਬਿਊਰੋ ਰਿਪੋਰਟ, ਸਾਂਝ ਟੀਵੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਬ੍ਰਿਟਿਸ਼ ਐਜੂਕੇਟ ਤੋਂ। ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀ ਤਾਵਾ ਸਰਵਿਸਵਾਰੀ ਯੋਧਾ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਫਾਈਲ ਇੱਥੋਂ ਕਿਤੇ ਰਿਜਰਵੇਸ਼ਨ ਲਵਾਓ ਅਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਇਸ ਸਪੌਂਸਰ ਵੀਜ਼ੇ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ 'ਚ ਬਹੁਤ ਖੁਸ਼ ਹਾਂ ਅਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਅਤੇ ਇਸ ਵੀਜ਼ੇ ਸਪੌਂਸਰ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਅਰ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਅਰ 'ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦ ਇਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ। ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ। ਮੈਨੂੰ ਕੋਈ ਵੀ ਇੱਥੇ ਆਪਣੇ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ ਆਫਟਰ ਲੋਕਡਾਊਨ। ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ। ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਅਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਔਫਿਸ ਵਿਜਿਟ ਕਰ ਸਕਦੇ ਹੋ।